ਡੇਰਾ ਬਾਬਾ ਗੋਬਿੰਦ ਦਾਸ ਜੀ ਬੈਰਾਗੀ, ਪਿੰਡ ਸ਼ਲੇਮ ਸ਼ਾਹ। ਮੇਲਾ ਤਾਂ ਦੋ ਦਿਨ ਚੱਲਦਾ ਹੈ, ਤਾਂ ਅੱਜ ਦੂਜੇ ਦਿਨ ਕੀ ਹੋਇਆ ਮੇਲੇ ਦੇ ਵਿੱਚ? ਕਬੱਡੀ, ਦੂਰੋਂ ਦੂਰੋਂ ਦੇ ਖਿਡਾਰੀ ਆਏ ਨੇ ਇੱਥੇ ਖੇਡਣ ਵਾਸਤੇ, ਅਤੇ ਸੇਵਾ ਬਾ ਕਮਾਲ, ਬਾ ਕਮਾਲ ਬਾਈ ਜੀ। ਬਹੁਤ ਲੰਗਰ ਪਾਣੀ ਦੀ ਸੇਵਾ, ਬੜੀ ਵਧੀਆ ਸੇਵਾ, ਬਹੁਤ ਸੇਵਾਦਾਰ ਲੱਗੇ ਹੋਏ ਨੇ, ਉਹਨਾਂ ਨੇ ਜਿਹੜੀ ਸੇਵਾ ਕੀਤੀ ਹੈ, ਦੇਖਦੇ ਰਹਿ ਜਾਂਦੇ ਨੇ ਲੋਕ। ਕੀ ਦੁੱਧ, ਕੀ ਹਲਵੇ ਅਤੇ ਕੀ ਮਿਠਾਈਆਂ ਦੇ ਲੰਗਰ, ਸਾਰਾ ਦਿਨ ਖੁੱਲ੍ਹੇ ਵਰਤਾਏ ਗਏ, ਸਟਾਲਾਂ ਵੀ ਉੱਦਾਂ ਹੀ ਸਜੀਆਂ ਰਹੀਆਂ ਜਿੱਦਾਂ ਇੱਕ ਦਿਨ ਪਹਿਲਾਂ ਸਜੀਆਂ ਹੋਈਆਂ ਸੀ। ਅਤੇ ਬੀਬੀਆਂ ਬਹਿਣਾਂ ਦੀ ਸੇਵਾ, ਉਹਨਾਂ ਦੀ ਸੇਵਾ ਤਾਂ ਬਹੁਤ ਵਧੀਆ ਸੀ। ਕੋਈ ਬੀਬੀ ਲੰਗਰ ਪਕਾਈ ਜਾਂਦੀ ਹੈ, ਕੋਈ ਬੀਬੀ ਸਬਜ਼ੀ ਪਕਾਈ ਜਾਂਦੀ ਹੈ, ਅਤੇ ਨੌਜਵਾਨ ਵੀ ਲੱਗੇ ਹੋਏ ਨੇ ਸੇਵਾ ਦੇ ਵਿੱਚ। ਦੇਖੋ ਬਜ਼ੁਰਗ ਵੀ ਲੱਗੇ ਹੋਏ ਨੇ, ਕਿੱਦਾਂ ਕੱਟ ਰਹੇ ਨੇ ਸਬਜ਼ੀਆਂ। ਬੀਬੀਆਂ ਦੀ ਸੇਵਾ, ਬੱਚੇ ਵੀ ਵਿੱਚ, ਬਹੁਤ ਵਧੀਆ ਸੇਵਾ ਕੀਤੀ ਹੈ ਇਹਨਾਂ ਨੇ, ਅਤੇ ਵੱਡੇ ਬਜ਼ੁਰਗ ਅਤੇ ਨੌਜਵਾਨ ਬਹੁਤ ਸੇਵਾ। ਖੈਰ ਅੱਗੇ ਹੋਰ ਵੀ ਚੱਲਦੇ ਹਾਂ, ਪਰ ਉਸ ਤੋਂ ਪਹਿਲਾਂ ਬੱਬੀ ਖੋਸਾ ਜੀ ਤੋਂ ਲੈਂਦੇ ਹਾਂ ਕੁਛ ਮੇਲੇ ਦੇ ਬਾਰੇ ਜਾਣਕਾਰੀ। ਬਾਬਾ ਜੀ ਗੋਬਿੰਦ ਦਾਸ ਬੈਰਾਗੀ ਜੀ ਦਾ ਮੇਲਾ ਜੋ 6/7/77 ਨੂੰ ਲਵਾਇਆ ਜਾਂਦਾ ਸ਼ਲੇਮ ਸ਼ਾਹ ਵਾਸੀਆਂ ਵੱਲੋਂ, ਪਿੰਡ ਪੰਚਾਇਤ ਵੱਲੋਂ ਅਤੇ ਮੇਲਾ ਕਮੇਟੀ ਵੱਲੋਂ, ਵੈਲਫੇਅਰ ਸੁਸਾਇਟੀ ਜੋ ਕਲੱਬ ਹੈ ਸਾਡੇ ਸ਼ਲੇਮ ਸ਼ਾਹ ਦਾ, ਉਹਨਾਂ ਵੱਲੋਂ ਸਾਰੇ ਜਿੰਨੇ ਵੀ ਸਹਿਯੋਗੀ ਨੇ, ਇਹਦੇ ਵਿੱਚ ਕੋਈ ਮੇਅਰ ਤੇਰ ਨਹੀਂ, ਕੋਈ ਸਰਪੰਚ ਨਹੀਂ, ਕੋਈ ਮੈਂਬਰ ਨਹੀਂ, ਕੋਈ ਕਮੇਟੀ ਮੈਂਬਰ ਪ੍ਰਧਾਨ ਨਹੀਂ, ਸਾਰੇ ਪਿੰਡ ਦਾ ਸਾਥ ਹੈ, ਲੇਕਿਨ ਕਮੇਟੀ ਤਾਂ ਬਣਾਉਣੀ ਪੈਂਦੀ ਹੈ। ਅਸੀਂ ਇਹ ਬੇਨਤੀ ਕਰਦੇ ਹਾਂ ਜੋ ਕਿ ਅੱਜ ਅਤੇ ਕੱਲ੍ਹ ਦੋ ਦਿਨ ਮੇਲਾ ਚੱਲਿਆ, 13 ਦੇਗਾਂ ਕੱਲ੍ਹ ਲੱਗੀਆਂ ਦਾਲ ਦੀਆਂ, ਅਤੇ 13 ਦੇਗਾਂ ਅੱਜ ਦਾਲ ਦੀਆਂ ਲੱਗ ਚੁੱਕੀਆਂ, ਪਰ ਹੋਰ ਦੇਗਾਂ ਕਿੰਨੀਆਂ ਬਣਨਗੀਆਂ। 16 ਕੁਇੰਟਲ ਦੁੱਧ ਦਾ ਜੋ ਖੀਰ ਬਣੀ ਅੱਜ, ਉਹ ਹੀ ਹੈ ਸੇਵਾਦਾਰਾਂ ਨੇ, ਜੋ ਬਾਈ ਲੇਖ ਜੀ ਹੈ, ਬਾਈ ਅਰਸਾ ਜੀ ਹੈ ਸਾਡੇ, ਮੋਦੀ ਸਾਹਿਬ, ਬਾਈ ਮੁੰਚਾ ਜੀ ਲਗਾਤਾਰ ਕਰ ਰਹੇ ਨੇ, ਇਹ ਬਹੁਤ ਵੱਡੀ ਸੇਵਾ ਜਿਹਨਾਂ ਨੇ ਮੇਲਾ ਵਿਖਾ ਰਹੇ ਹਾਂ, ਮੇਲਾ ਜਿਹੜਾ ਵੇਖਣਾ ਸਾਡੇ ਵਾਸਤੇ ਦੇਖ ਹੀ ਰਹੇ ਹਾਂ, ਸੇਵਾ ਦੇ ਵਿੱਚ ਲੱਗੇ ਹੋਏ ਹਾਂ ਜੀ। ਹਾਂਜੀ ਹਾਂਜੀ। ਅਤੇ ਜਿਹੜਾ ਜਲੇਬੀਆਂ ਦਾ ਲੰਗਰ ਹੈ, ਕਿੰਨੇ ਕੁਇੰਟਲ ਬਣ ਗਿਆ ਜਲੇਬੀਆਂ ਦਾ ਲੰਗਰ ਜੀ? ਜਿਹੜਾ ਸੇਵਾਦਾਰ ਜਲੇਬੀ ਲਾਉਂਦਾ ਜੀ, ਲਾ ਦੇ ਵੀ 10 ਕੁਇੰਟਲ ਵੀ ਹੋ ਸਕਦੀ, 5 ਕੁਇੰਟਲ ਵੀ ਹੋ ਸਕਦੀ ਹੈ, ਕੱਲ੍ਹ ਲਗਾਤਾਰ ਚੱਲੇ, ਅੱਜ ਵੀ ਚੱਲ ਰਿਹਾ ਜੀ। ਕਲਾਕਾਰ ਬੀਬੀ ਅਮਰ ਰੋਜੀ ਜੀ ਲੱਗੇ ਹੋਏ ਨੇ, ਸ਼ਾਮ ਨੂੰ ਕਬੱਡੀ ਵੀ ਹੋਣੀ ਹੈ, ਹਾਂਜੀ ਹਾਂਜੀ, ਰਸਤਾ ਖਿੱਚੀ ਕੱਲ੍ਹ ਹੋਈ ਹੈ, ਵਾਲੀਬਾਲ ਵੀ ਕੱਲ੍ਹ ਹੋਇਆ, ਸ਼ੋਅ ਮੈਚ ਕੁੜੀਆਂ ਦਾ ਕਬੱਡੀ ਵੀ ਕੱਲ੍ਹ ਹੋਈ ਹੈ, ਹਾਂਜੀ ਹਾਂਜੀ। ਇੰਨੀਆਂ ਬੇਨਤੀਆਂ ਜੀ, ਇੰਨਾ ਵਧੀਆ ਮੇਲਾ ਲਵਾਉਂਦਾ ਪਿੰਡ ਜੀ, ਬਹੁਤ ਸਾਰ ਸਤਿਕਾਰ ਨਾਲ। ਲੰਗਰ ਪਾਣੀ ਤੋਂ ਬਾਅਦ ਕਬੱਡੀ ਦਾ ਮੈਚ ਦੇਖਾਂਗੇ, ਪਰ ਉਸ ਤੋਂ ਪਹਿਲਾਂ ਸੁਣਦੇ ਹਾਂ ਇੱਕ ਭਜਨ। ਗੁਰੂ ਬਾਬਾ ਭੂਮਣ ਸ਼ਾਹ ਮਹਾਰਾਜ ਕੀ ਜੈ, ਗੁਰੂ ਬਾਬਾ ਗੋਬਿੰਦ ਦਾਸ ਮਹਾਰਾਜ ਕੀ ਜੈ, ਗੁਰੂ ਸੱਚੇ ਦਰਬਾਰ ਕੀ ਜੈ। ਆ ਜਾਓ ਫਿਰ
ਦੂਰੋਂ ਦੂਰੋਂ ਜਿਹੜੀਆਂ ਟੀਮਾਂ ਆਈਆਂ ਨੇ ਕਬੱਡੀ ਦੀਆਂ ਉਹ ਦੇਖਦੇ ਆ ਮੈਚ। ਸਾਨੀ ਹੁਣ ਪਿਆਰ ਦੇ ਵਿੱਚ ਕੋਸ਼ਿਸ਼ ਕਰਦਾ ਪਰ ਨੰਬਰ ਕਹਿੰਦੇ ਆਓ ਦੇਖਾਂਗੇ ਉਹਨਾਂ ਕਹਿੰਦੇ ਵਾਦੀਆਂ ਵਾਲਾ ਜੋੜ ਗਿਆ ਆਪਣੇ ਖਾਤੇ ਦੇ ਵਿੱਚ ਹੈਪੀ ਕਿੰਗਰੋ ਕਹਿੰਦੇ ਅਗਲੀ ਕਬੱਡੀ ਪਾਰ ਦੇ ਖੇਡ ਦੇ ਮੈਦਾਨ ਦੇ ਵਿੱਚ ਲਓ ਸਾਹਮਣੇ ਕਹਿੰਦੇ ਅਗਲੀ ਰੇਡ ਪਾਉਣ ਦੇ ਲਈ ਹੈਪੀ ਕਿੰਗਰੋ ਪਿੰਡ ਵਾਲਾ ਵੱਧ ਗਿਆ ਮੇਰੇ ਵੀਰੇ ਆਹ ਖਿਡਾਰੀ ਵੀ ਕਹਿੰਦੇ ਟੌਪ ਦਾ ਰੇਟਰ ਹੈ ਪਰ ਸਾਹਮਣੇ ਕਹਿੰਦੇ ਮੁੰਡਾ ਪਿਆਰ ਪਰ ਪਿਆਰ ਸੋਕੇ ਵਰਗੇ ਮੇਰੇ ਵੀਰੇ ਆਓ ਦੇਖਾਂਗੇ ਵੀ ਕੌਣ ਬੱਲੇ ਬੱਲੇ ਕਰਵਾਵੇਗਾ ਇਧਰ ਦੇ ਪਾਪੇ ਸੁੱਖਾਂ ਤੇ ਹੈਪੀ ਹੈਪੀ ਤੇ ਸੁੱਖਾ ਮੇਰੇ ਵੀਰੇ ਖੇਡ ਮੈਦਾਨ ਦੇ ਵਿੱਚ ਹੁੰਦੀ ਹੈ ਮੈਂ ਵੀ ਸੁੱਖਿਆ ਹੈਪੀ ਫੜਨਾ ਪੈਣਾ ਹੈਪੀ ਦੁੱਕਣਾ ਪੈਣਾ ਹੈਪੀ 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 ਵਾਹਿਗੁਰੂ ਮੇਰ ਕਰੇ ਜਾਤੀ ਦਾ ਸੱਚੇ ਪਾਤਸ਼ਾਹ ਮੇਰ ਕਰੇ ਨੰਬਰ ਜਿਹੜਾ ਜਾਤੀ ਨੇ ਜਿੱਤੇ ਬੜਾ ਵਧੀਆ ਮੁਕਾਬਲਾ।